इस वेले असी आस्ट्रेलिया के एक छोटे जे पिंड दे विच खड़े हैं ते ये पिंड पंजाब के बहुत छोटे पिंडा वर्गा सिर्फ 600 की आबादी है। कित्थे आबादी घट रही है, लोग रहण वाले की गिणती घट रही है। पिंड के लोग कोशिश करते हैं कि भाई असी वध तो वध दुनिया के वख वख देशां दे विचों जां आस्ट्रेलिया के वख वख हिस्सों के विचों लोगों नूं जिहड़ा इस पिंड दे विच लिया के वसाईए। कि बहुत सारे लोग जिहड़े आ उन्होंने वख वख समयां दे विच वसण की कोशिश तो की, पर क्योंकि वड्डे थावां दे वल जाण दा रुझान जिहड़ा उह सारिआं दे विच रहिंदा। हफ्ते दे एक डालर दे उत्ते फार्म किराए ते दिंदे आ, 50 रुपये ने 54 रुपये भरते कि भाई इत्थे आओ, खेतीबाड़ी करो, इत्थे रहो। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਪਰਮਜੀਤ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਇਸ ਵੇਲੇ ਅਸੀਂ ਆਸਟ੍ਰੇਲੀਆ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਖੜੇ ਹਾਂ ਅਤੇ ਇਹ ਪਿੰਡ ਪੰਜਾਬ ਦੇ ਬਹੁਤ ਛੋਟੇ ਪਿੰਡਾਂ ਵਰਗਾ ਸਿਰਫ 600 ਦੀ ਆਬਾਦੀ ਹੈ ਅਤੇ ਪਿੰਡ ਦਾ ਨਾਮ ਹੈ ਵਿਚੀ ਪਰੂਫ। ਅਤੇ ਵਿਚੀ ਪਰੂਫ ਜੇ ਆਪਾਂ ਮੈਲਬਨ ਤੋਂ ਮਲਡੂਰੇ ਵੱਲ ਨੂੰ ਜਾਂਦੇ ਹਾਂ ਤਾਂ 350 ਕਿਲੋਮੀਟਰ ਦੀ ਦੂਰੀ 'ਤੇ ਹੈ। ਅਤੇ ਇਸ ਪਿੰਡ ਦੀਆਂ ਕੁਝ ਖਾਸੀਅਤਾਂ ਨੇ, ਖਾਸੀਅਤਾਂ ਇਹ ਨੇ ਕਿ ਇੱਥੇ ਆਬਾਦੀ ਘੱਟ ਰਹੀ ਹੈ, ਲੋਕ ਰਹਿਣ ਵਾਲਿਆਂ ਦੀ ਗਿਣਤੀ ਘੱਟ ਰਹੀ ਹੈ, ਤਾਂ ਪਿੰਡ ਦੇ ਲੋਕ ਕੋਸ਼ਿਸ਼ ਕਰਦੇ ਨੇ ਕਿ ਭਾਈ ਅਸੀਂ ਵੱਧ ਤੋਂ ਵੱਧ ਦੁਨੀਆ ਦੇ ਵੱਖ ਵੱਖ ਦੇਸ਼ਾਂ ਦੇ ਵਿੱਚੋਂ ਜਾਂ ਆਸਟ੍ਰੇਲੀਆ ਦੇ ਵੱਖ ਵੱਖ ਹਿੱਸਿਆਂ ਦੇ ਵਿੱਚੋਂ ਲੋਕਾਂ ਨੂੰ ਜਿਹੜਾ ਇਸ ਪਿੰਡ ਦੇ ਵਿੱਚ ਲਿਆ ਕੇ ਵਸਾਈਏ। ਜੇ ਤੁਸੀਂ ਇਧਰਲੇ ਪਾਸੇ ਥੋੜ੍ਹਾ ਜਿਹਾ ਧਿਆਨ ਦਿਓ ਤਾਂ ਤੁਹਾਨੂੰ ਬਹੁਤ ਸਾਰੀਆਂ ਖਾਸੀਅਤਾਂ ਮਿਲਣਗੀਆਂ। ਹੋ ਸਕਦਾ ਕਿ ਤੁਹਾਨੂੰ ਇਹ ਵੀ ਲੱਗੇ ਯਾਰ ਪਿੰਡ ਇੱਦਾਂ ਦਾ ਨਹੀਂ ਹੁੰਦਾ, ਪਰ ਆਸਟ੍ਰੇਲੀਆ ਦੇ ਵਿੱਚ ਪਿੰਡ ਇਸੇ ਤਰੀਕੇ ਦੇ ਹੁੰਦੇ ਆ। ਇੱਕ ਛੋਟਾ ਜਿਹਾ ਹੋਟਲ ਹੈ ਪੁਰਾਣਾ, ਇਹਦੀ ਬਿਲਡਿੰਗ ਜਿਹੜੀ ਬਹੁਤ ਨਵੀਂ ਨਹੀਂ। ਆਹ ਇੱਕ ਚਾਹ ਦੀ ਦੁਕਾਨ ਹੈ ਜਿਹਨੂੰ ਆਪਾਂ ਕੈਫੇ ਕਹਿ ਦਈਦਾ। ਬਸ ਆਹ ਜਿੰਨਾ ਕੁ ਪਿੰਡ ਤੁਹਾਨੂੰ ਨਜ਼ਰ ਆ ਰਿਹਾ ਇੰਨਾ ਕੀ ਹੈ, ਮੇਰਾ ਖਿਆਲ ਆ ਕਿ 20-25 ਇੱਥੇ ਦੁਕਾਨਾਂ ਹੋਣਗੀਆਂ। ਮੈਂ ਫਿਰ ਦੱਸਦੇ ਹਾਂ ਕਿ ਜੇ ਤੁਸੀਂ ਆਸਟ੍ਰੇਲੀਆ ਦਾ ਬਹੁਤ ਵੱਡਾ ਸ਼ਹਿਰ ਜਿਹੜਾ ਮੈਲਬਨ ਆ ਉਧਰਲੇ ਪਾਸਿਓ ਤੁਸੀਂ ਮਲਡੂਰੇ ਵੱਲੋਂ ਜਾਓਗੇ ਤਾਂ ਤੁਹਾਨੂੰ 350 ਕਿਲੋਮੀਟਰ ਦੀ ਦੂਰੀ ਦੇ ਉੱਤੇ ਇਹ ਪਿੰਡ ਜਿਹੜਾ ਉਹ ਨਜ਼ਰ ਆਊਗਾ। 600 ਦੀ ਆਬਾਦੀ ਹੈ, ਸਦੀਆਂ ਪੁਰਾਣਾ ਜਿਹੜਾ ਇਹ ਪਿੰਡ ਹੈ। ਇੱਥੇ ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ ਨੇ ਵੱਖ ਵੱਖ ਸਮਿਆਂ ਦੇ ਵਿੱਚ ਵਸਣ ਦੀ ਕੋਸ਼ਿਸ਼ ਤਾਂ ਕੀਤੀ, ਪਰ ਕਿਉਂਕਿ ਵੱਡੇ ਥਾਵਾਂ ਦੇ ਵੱਲ ਜਾਣ ਦਾ ਰੁਝਾਨ ਜਿਹੜਾ ਉਹ ਸਾਰਿਆਂ ਦੇ ਵਿੱਚ ਰਹਿੰਦਾ। ਅਤੇ ਇੱਥੇ ਮੈਂ ਇੱਕ ਹੋਰ ਦੱਸਦੇ ਹਾਂ ਕਿ ਇੱਕ ਸਕੀਮ ਵੀ ਜਿਹੜੀ ਸ਼ੁਰੂ ਕੀਤੀ ਗਈ ਸੀ ਕਿ ਇਸ ਪਿੰਡ ਨੂੰ ਵਸਦਾ ਰੱਖਣ ਦੇ ਲਈ, ਕਿ ਇੱਥੇ ਗਿਣਤੀ ਜਿਹੜੀ ਵੱਧ ਜਾਵੇ। ਹਫ਼ਤੇ ਦੇ $1 ਦੇ ਉੱਤੇ ਫਾਰਮ ਕਿਰਾਏ 'ਤੇ ਦਿੰਦੇ ਆ, ਹਫ਼ਤੇ ਦਾ $1 ਸਿਰਫ। ਇਹਦਾ ਮਤਲਬ ਹੈ ਕਿ ਕੁਛ ਵੀ ਨਹੀਂ ਹੁੰਦਾ, 50 ਰੁਪਈਏ ਨੇ 54 ਰੁਪਈਏ ਭਰਤੇ ਕਿ ਭਾਈ ਇੱਥੇ ਆਓ, ਖੇਤੀਬਾੜੀ ਕਰੋ, ਇੱਥੇ ਰਹੋ। ਬਹੁਤ ਸਾਰਾ ਗਾਵਾਂ ਦਾ ਜਾਂ ਭੇਡਾਂ ਦੀ ਆ ਜਿਹੜੀ ਹੈ ਉਹ ਵੀ ਇਹ ਉਹਨਾਂ ਦੀ ਪਾਲਣਾ ਕੀਤੀ ਜਾਂਦੀ ਹੈ, ਉਹਦੇ ਵਿੱਚੋਂ ਵੀ ਪੈਸੇ ਕਮਾਉਣ ਦਾ ਢੰਗ ਤਰੀਕਾ ਹੈਗਾ। ਮੈਨੂੰ ਬਹੁਤਾ ਜ਼ਿਆਦਾ ਨਹੀਂ ਪਤਾ ਕਿਉਂਕਿ ਮੈਂ ਅਤੇ ਨਵਜੋਤ ਸਿੰਘ ਕਿਆਲੇ ਸਾਹਿਬ ਅਸੀਂ ਤਾਂ ਮਲਡੂਰੇ ਨੂੰ ਚੱਲੇ ਸੀ ਗਰੇਵਾਲ ਆਟੇ ਵਾਲਿਆਂ ਦੇ ਕੋਲ। ਅੱਜ ਅਸੀਂ ਰਾਤ ਦਾ ਪ੍ਰਸ਼ਾਦਾ ਉੱਥੇ ਛਕਣਾ ਅਤੇ ਰਸਤੇ ਦੇ ਵਿੱਚ ਜਦੋਂ ਉਹਨਾਂ ਨੇ ਗੱਡੀ ਰੋਕੀ ਕਿ ਭਾਈ ਵਿਚੀ ਪਰੂਫ ਪਿੰਡ ਆ ਗਿਆ ਅਤੇ ਆਪਾਂ ਇੱਥੇ ਰੁਕ ਕੇ ਜਿਹੜਾ ਚੱਲਦੇ ਹਾਂ, ਰੇਲਵੇ ਲਾਈਨ ਲੰਘਦੀ ਹੈ, ਗੱਡੀ ਰੁਕਦੀ ਹੈ ਅਤੇ ਨਾਲ ਬਹੁਤ ਸ਼ਾਂਤੀ ਵਾਲਾ। ਜਦੋਂ ਅਸੀਂ ਇਸ ਕੈਫੇ ਦੇ ਵਿੱਚ ਵੜੇ ਸੀ ਤਾਂ 3 ਬਜ਼ੁਰਗ ਬੀਬੀਆਂ ਬੈਠੀਆਂ ਸੀ ਸਿਰਫ। ਇਹਦੇ ਤੋਂ ਇੱਕ ਗੱਲ ਇਹ ਵੀ ਲੱਗਦੀ ਸੀ ਕਿ ਸ਼ਾਇਦ ਇੱਦਾਂ ਦੇ ਜਿਹੜੇ ਛੋਟੇ ਪਿੰਡ ਨੇ ਸਾਰੀ ਦੁਨੀਆ ਦੇ ਵਿੱਚ ਹੀ, ਵੈਸੇ ਤਾਂ ਵਰਤਾਰਾ ਕਿ ਛੋਟੀਆਂ ਥਾਵਾਂ ਨੂੰ ਛੱਡ ਕੇ ਨੌਜਵਾਨ ਤਬਕਾ ਰੁਜ਼ਗਾਰ ਦੀ ਗੱਲ ਹੁੰਦੀ ਆ, ਨੌਕਰੀਆਂ ਦੀ ਭਾਲ ਹੁੰਦੀ ਹੈ, ਜਾਂ ਆਪਾਂ ਇਹ ਵੀ ਕਹਿ ਲਈਏ ਕਿ ਨਾਈਟ ਲਾਈਫ ਉੱਥੇ ਹੁੰਦੀ ਆ ਕਿ ਭਾਈ ਡਾਂਸ ਕਲੱਬਾਂ ਨੇ, ਬਾਰਾਂ ਨੇ, ਪੱਬਾਂ ਨੇ, ਉਧਰਲੇ ਪਾਸੇ ਨੂੰ ਨੌਜਵਾਨ ਤਬਕਾ ਭੱਜ ਜਾਂਦਾ। ਅਤੇ ਜਿੱਦਾਂ ਆਪਣੇ ਪਿੰਡਾਂ ਦੇ ਵਿੱਚ ਹੁਣ ਪੰਜਾਬ ਦੇ ਪਿੰਡਾਂ 'ਚ ਇਕੱਲੇ ਬਜ਼ੁਰਗ ਰਹਿ ਜਾਂਦੇ ਆ, ਨੌਜਵਾਨ ਤਬਕਾ ਵੱਡੇ ਸ਼ਹਿਰਾਂ ਦੇ ਵੱਲ ਜਾਂ ਦੂਸਰੇ ਦੇਸ਼ਾਂ ਦੇ ਵੱਲ ਰੁੱਖ ਕਰ ਲੈਂਦਾ, ਉਹੀ ਤਰਾਸਦੀ ਸ਼ਾਇਦ ਇਹਨਾਂ ਪਿੰਡਾਂ ਦੀ ਵੀ ਹੈ। ਇੱਥੇ ਵੀ ਮੈਂ ਜਿੰਨੇ ਕੁ ਲੋਕ ਦੇਖੇ ਸੀ ਬਹੁਤੇ ਬਜ਼ੁਰਗ ਹੀ ਨੇ, ਉੱਥੇ ਆ ਕੇ 3 ਬੀਬੀਆਂ ਬੈਠੀਆਂ ਆਪਣਾ ਢਿੱਡ ਹੌਲਾ ਕਰਦੀਆਂ ਸੀ, ਕਹਿਣ ਦਾ ਭਾਵ ਹੈ ਕਿ ਗੱਲਾਂ ਬਾਤਾਂ ਕਰਦੀਆਂ ਹੋਣੀਆਂ, ਕੋਈ ਕੁੜੀ ਦੀਆਂ, ਕੋਈ ਨੌਂ ਦੀਆਂ, ਕੋਈ ਮੁੰਡੇ ਦੀਆਂ, ਕੋਈ ਜਵਾਈ ਦੀਆਂ, ਪਰ ਮੈਨੂੰ ਨੌਜਵਾਨ ਤਬਕਾ ਜਿਹੜਾ ਇੱਥੇ ਬਹੁਤ ਘੱਟ ਨਜ਼ਰ ਆਇਆ। ਸੋ ਵਿਚੀ ਪਰੂਫ ਹੈ, ਪਰ ਮੈਨੂੰ ਉੱਦਾਂ ਸੋਹਣਾ ਲੱਗਾ। ਮੈਂ ਕਾਲੇ ਸਾਹਿਬ ਦੇ ਨਾਲ ਗੱਲਬਾਤ ਜਿਹੜੀ ਉਹ ਕਰ ਰਿਹਾ ਸੀ ਕਿ ਇੱਥੇ ਹੋ ਸਕਦਾ ਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਆਪਸ ਦੇ ਵਿੱਚ ਇੱਕ ਦੂਜੇ ਨੂੰ ਜਾਣਦੇ ਹੀ ਹੋਣ, ਉਹਨਾਂ ਦਾ ਆਪਸ ਦੇ ਵਿੱਚ ਇੱਕ ਦੂਸਰੇ ਦੇ ਨਾਲ ਹੋ ਸਕਦਾ ਕਿ ਉਹ ਨਾਤਾ ਹੀ ਹੋਵੇ। ਜਿੱਦਾਂ ਆਪਾਂ ਕਹੀਦਾ ਭਾਅ ਜੀ ਕਿੱਧਰਲੇ ਪਾਸੇ ਆਏ, ਕਿਤੇ ਚੱਲੇ, 3 ਦਿਨ ਹੋ ਗਏ, 4 ਦਿਨ ਹੋ ਗਏ, ਤੁਹਾਨੂੰ ਦੇਖਿਆ ਹੀ ਨਹੀਂ, ਇੰਨਾ ਕੀ ਸ਼ਹਿਰ ਹੈ। ਅਤੇ ਜੇ ਮੈਂ ਇਹਨੂੰ ਥੋੜ੍ਹਾ ਜਿਹਾ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦਾ, ਪੈਟਰੋਲ ਪੰਪ ਜਿਹੜਾ ਇੱਥੇ ਉਹ ਦੇਖੋ ਜੀ, ਇੱਦਾਂ ਦੇ ਤਾਂ ਹੁਣ ਭਾਰਤ ਦੇ ਵਿੱਚ ਵੀ ਸ਼ਾਇਦ ਹੈ ਨਹੀਂ ਗੇ। ਉਹ ਦੇਖੋ ਪੰਪ ਹੈ 3 ਬਾਹਰਲੇ ਪਾਸੇ ਲੱਗੇ, ਜੇ ਨੇੜਿਓਂ ਤੁਸੀਂ ਦੇਖਦੇ ਤਾਂ ਬਹੁਤ ਬੇਸਿਕ ਜਿਹਾ ਪੰਪ ਨੇ। ਅਤੇ ਆਹ ਰੇਲਵੇ ਲਾਈਨ ਹੈ ਜੀ, ਬਹੁਤ ਪੁਰਾਣੀ ਆ, ਤਕਰੀਬਨ ਦਹਾਕਿਆਂ ਪਹਿਲਾਂ ਇੱਥੋਂ ਰੇਲਵੇ ਲਾਈਨ ਜਿਹੜੀ ਹੈ ਉਹ ਕੱਢ ਦਿੱਤੀ ਗਈ ਸੀ। ਇੰਨਾ ਕੀ ਪਿੰਡ ਹੈ, ਆਪਣੇ ਪਿੰਡਾਂ ਵਰਗਾ ਤਾਂ ਨਹੀਂ, ਮੇਨ ਰੋਡ ਦੇ ਉੱਤੇ ਹੀ ਜਿਹੜਾ ਉਹ ਵਸਿਆ ਹੋਇਆ। ਸੋ ਵਿਚੀ ਪਰੂਫ ਜਿਹੜਾ ਕਿ ਮੈਂ ਇੱਕ ਵਾਰ ਫਿਰ ਦੱਸਦਿਆਂ, ਮੈਲਬਨ ਤੋਂ
ਮਲਡੂਰੇ ਦੇ ਜਿਹੜਾ ਉਹ ਵਿਚਾਲੇ ਆਉਂਦਾ ਇਲਾਕਾ ਵਿਚਾਲੇ ਆਉਂਦਾ ਥਾਂ ਅਤੇ ਮੈਂ ਹੁਣ ਕੈਲੇ ਸਾਹਿਬ ਨੂੰ 2 ਮਿੰਟ ਦੇ ਲਈ ਵਿੱਚ ਲੈਣਾ। ਕੈਲੇ ਭਾਅ ਜੀ, ਜਿੰਨੀਆਂ ਕੁ ਗੱਲਾਂ ਮੈਂ ਤੁਹਾਡੇ ਦੇਸ਼ ਬਾਰੇ ਦੱਸੀਆਂ, ਕੋਈ ਗਲਤ ਤਾਂ ਨਹੀਂ ਇਹਦੇ ਵਿੱਚ? ਨਹੀਂ ਭਾਅ ਜੀ, ਗਲਤ ਨਹੀਂ ਹੈਗੀ, ਮੈਂ ਥੋੜ੍ਹੀ ਚੀਜ਼ ਐਡ ਕਰਨੀ ਚਾਹੁੰਦਾ। ਹਾਂਜੀ, ਕਿਉਂਕਿ ਰੇਲਵੇ ਵਾਲੇ ਬੰਦੇ ਆ। ਅੱਛਾ, ਜਿਹੜੇ ਪਿੰਡ ਹੈ ਜੀ ਇੱਥੇ ਦਾ ਠਹਿਰਾਅ ਹੈਗਾ ਜੀ, ਆਹ ਜਿਹੜੀ ਰੇਲਵੇ ਲਾਈਨ ਜਾਂ ਲੰਘਦੀ ਹੈ ਨਾ ਜੀ, ਪਿੱਛੇ ਨੂੰ ਨਿਗਾਹ ਮਾਰੋਗੇ ਤਾਂ ਫਾਟਕ ਨਹੀਂ ਹੈਗਾ। ਅੱਛਾ ਜੀ, ਆਹ ਜੇ ਕ੍ਰੋਸ ਕਰਨੀ ਹੈ ਜੀ, ਇਹ ਰੇਲਵੇ ਲਾਈਨ 'ਤੇ ਕ੍ਰੋਸਿੰਗ ਹੈ ਜਿਹੜੀ ਇੱਥੇ, ਆਹ ਦੇਖੋ ਆਹ ਰੇਲਵੇ ਲਾਈਨ ਆ ਜਾਂਦੀ ਹੈ, ਵੀ ਲਾਈਨ ਆਉਂਦੀ ਹੈ ਜੀ, ਜਿਹਨੂੰ ਆਪਾਂ ਸਬਰਬਨ ਟ੍ਰੇਨ ਹੁੰਦੀ ਹੈ ਜਿਹੜੀ ਮੈਟਰੋ ਚੱਲਦੀ ਹੈ ਜੀ, ਇਹ ਇੰਟਰਸਿਟੀ ਟ੍ਰੇਨ ਆਉਂਦੀ ਹੈ। ਠੀਕ ਹੈ ਜੀ, ਠੀਕ ਹੈ, ਆਹ ਪਟੜੀ ਹੈ ਜੀ, ਹਾਂ, ਇੱਥੇ ਜੇ ਕ੍ਰੋਸ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ, ਇੱਥੇ ਕੋਈ ਡੰਡੇ ਵਾਲਾ ਫਾਟਕ ਨਹੀਂ। ਠੀਕ ਹੈ ਜੀ, ਟੰਟਨ ਨਹੀਂ ਚੱਲਣੀ। ਅੱਛਾ, ਉਹ ਲਾਲ ਜਿਹਾ ਲਾਇਆ ਬੈਂਡ ਹੈ ਜੀ। ਠੀਕ ਹੈ ਜੀ, ਮਤਲਬ ਲੋਕਾਂ ਦੇ ਵਿੱਚ ਪੇਸ਼ੀਅੰਸ ਹੈਗੀ ਆ ਜੀ, ਸਬਰ ਹੈਗੀ ਆ। ਬਾਕੀ ਆਪਾਂ ਜਦੋਂ ਗੱਲ ਕਰਦੇ ਤੁਸੀਂ ਮੈਨੂੰ ਦੱਸਿਆ, ਮੈਨੂੰ ਤਾਂ ਪਤਾ ਨਹੀਂ ਸੀ। ਠੀਕ ਹੈ ਜੀ, ਜਦੋਂ ਟੋਨੀ ਐਬਟ ਸਾਹਿਬ ਦੀ ਗਵਰਨਮੈਂਟ ਸੀ ਜੀ, ਉਹਨਾਂ ਦੇ ਚੀਫ ਆਫ ਸਟਾਫ ਨੇ ਜਿਹੜੇ ਉਹ ਇੱਥੋਂ ਦੇ ਸੀ, ਇਸ ਪਿੰਡ ਤੋਂ, ਅਤੇ ਇਸ ਪਿੰਡ ਦੇ ਵਿੱਚ ਦੁਨੀਆ ਦੀ ਸਭ ਤੋਂ ਛੋਟੀ ਪਹਾੜੀ ਵੀ ਹੈ। ਜਿਹੜੀ ਸਭ ਤੋਂ ਛੋਟੀ ਪਹਾੜੀ, ਸਾਡੀ 42-43 ਮੀਟਰ ਉੱਚੀ। ਅਤੇ ਮੈਂ ਜਦੋਂ ਇਹ ਪਿੰਡ ਦਾ ਸਰਚ ਕਰਦਾ ਸੀ ਨਾ ਕਿ ਉਹਦਾ ਅਰਥ ਕੀ ਆ, ਉਹ ਵੀ ਪਹਾੜੀ 'ਤੇ ਉੱਗਿਆ ਘਾਹ ਉਹਦਾ ਅਰਥ ਹੈ ਇਸ ਪਿੰਡ ਦਾ ਨਾਂ। ਉਹ ਚੀਜ਼ ਮੈਨੂੰ ਪਤਾ ਸੀ ਜੀ, ਇੱਥੇ ਇੱਕ ਦੁਨੀਆ ਦੀ ਸਭ ਤੋਂ ਛੋਟੀ ਪਹਾੜੀ ਹੈ ਜੀ, 42-43 ਮੀਟਰ। ਅਤੇ ਇੱਧਰਲੇ ਪਾਸੇ ਜੇ ਤੁਸੀਂ ਦੇਖੋ ਤਾਂ ਆਹ ਇੱਕ ਬਿਲਡਿੰਗ ਅਸੀਂ ਤੁਹਾਨੂੰ ਦਿਖਾ ਰਹੇ, 110 ਸਾਲ ਪਹਿਲਾਂ ਦੀ ਹੈ ਜੀ। ਆਹ ਦੇਖੋ, 110 ਸਾਲ ਪਹਿਲਾਂ, 1924। ਠੀਕ ਹੈ ਜੀ, ਮੈਂ 34 ਸਾਲ ਕਿਹਾ, 100 ਸਾਲ ਪੁਰਾਣੀ ਹੈ ਜੀ ਆ ਤੁਹਾਡੇ ਸਾਹਮਣੇ। ਸੋ ਉਮੀਦ ਕਰਦੇ ਹਾਂ ਕਿ ਭਾਈ ਅਸੀਂ ਹੌਲੀ ਹੌਲੀ ਤੁਹਾਨੂੰ ਕੁਝ ਨਾ ਕੁਝ ਇਸ ਤਰੀਕੇ ਆਸਟ੍ਰੇਲੀਆ ਦਾ ਜਿਹੜਾ ਪਿੰਡੂ ਇਲਾਕਾ ਗ੍ਰਾਮੀਣ ਕਸ਼ੇਤਰ, ਸਫਾਈ ਦੇਖੋ ਜੀ, ਹਾਂਜੀ ਸਫਾਈ ਕਮਾਲ ਦੀ ਹੈ। ਆਹ ਹੁਣ ਰੇਲਵੇ ਲਾਈਨ ਹੈ ਜੀ, ਜੀ ਦੇ ਆਲੇ ਦੁਆਲੇ ਘਾਹ ਦੇ, ਘਾਹ ਦੇਖ ਲਓ, ਬਿਲਕੁਲ ਠੀਕ ਹੈ, ਚੰਡਿਆ ਪਿਆ ਕਿ ਚੰਡਿਆ ਪਿਆ ਜੀ, ਇਸੇ ਕਰਕੇ ਆਪਾਂ ਰੁਕੇ ਸੀ ਸਫਾਈ ਦੇਖ ਕੇ ਜੀ। ਸੋ ਬੜਾ ਸ਼ਾਂਤ ਮਾਹੌਲ ਹੈ ਜੀ, ਬਿਲਕੁਲ ਸ਼ਾਂਤ, ਸ਼ਹਿਰਾਂ ਦੀ ਤਾਮ ਝਾਮ ਤੋਂ ਬਿਲਕੁਲ ਇੱਕ ਪਾਸੇ, ਦਰਖਤ ਰੁੱਖ ਸੋਹਣੇ, ਹਰਿਆਲੀ ਜਿਹੜੀ ਉਹ ਪੂਰੀ ਹੈ। ਸੋ ਅਸੀਂ ਇਸ ਵੇਲੇ ਕੀ ਨਾਂ ਸੀ ਪਿੰਡ ਦਾ ਜੀ, ਵਿਚੀ ਪਰੂਫ, ਹਾਂਜੀ ਵਿਚੀ ਪਰੂਫ ਪਿੰਡ ਦੀ ਜਿਹੜਾ ਆਸਟ੍ਰੇਲੀਆ ਦੇ ਵਿੱਚ ਹੈ, ਵਿਕਟੋਰੀਆ ਸਟੇਟ ਦੇ ਵਿੱਚ ਹੈ। ਅਤੇ ਉੱਥੋਂ ਨਵਜੋਤ ਸਿੰਘ ਕਾਲੇ ਨੂੰ ਅਤੇ ਮੈਨੂੰ ਪਰਮਜੀਤ ਸਿੰਘ ਬਾਠ ਨੂੰ ਦਿਓ ਆ ਗਿਆ। ਦੇਖਦੇ ਰਹਿਣਾ ਪ੍ਰਾਈਮੇਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।